ਜੀਆਂ ਨੂੰ ਪਿਆਰੇ ਵਿਦਿਆਰਥੀਓ, 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 12ਵਾਂ, ਗੁਣਨ ਖੰਡੀਕਰਨ, ਅਭਿਆਸ ਨੰਬਰ 12.1। ਅਤੇ ਇਸ ਅਭਿਆਸ ਦਾ ਅਗਲਾ ਸਵਾਲ ਚੌਥਾ, ਜਿਹਦੇ ਕਿ 8 ਭਾਗ ਹਨ, ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸਵਾਲ ਸ਼ੁਰੂ ਕਰੀਏ। ਸੋ ਸਵਾਲ ਦਾ ਬੱਚੋ ਸਿਰਲੇਖ ਹੈਗਾ ਕਿ ਗੁਣਨ ਖੰਡੀਕਰਨ ਕਰੋ। ਸੋ ਸਾਨੂੰ 8 ਭਾਗ ਦਿੱਤੇ ਨੇ, 8 ਵਿਅੰਜਕ ਹੈਗੇ ਨੇ, ਅਤੇ ਇਹਨਾਂ ਦਾ ਅਸੀਂ ਗੁਣਨ ਖੰਡੀਕਰਨ ਕਰਨਾ ਹੈ। ਸੋ ਇੱਕ ਇੱਕ ਕਰਕੇ ਅਸੀਂ ਸਾਰੇ ਕਰਾਂਗੇ। ਅਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੀ ਚੈਨਲ 'ਤੇ ਤੁਹਾਡੀਆਂ 8ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈਗੀ 8th ਮੈਥ ਨੋਟਸ, ਇੱਕ ਹੈਗੀ 8th ਸਾਇੰਸ, ਇੱਕ ਹੈਗੀ 8th ਇੰਗਲਿਸ਼, ਇੱਕ ਹੈਗੀ 8th ਗ੍ਰੈਮਰ, ਫਿਰ ਅੱਗੇ ਹੈਗੀ ਇਹ ਗਣਿਤ ਦੇ ਸਿਧਾਂਤ, ਤੇ ਕਹੀਏ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਦੇਖੀਏ ਬੱਚੇ ਵਾਲੇ ਸਵਾਲ ਇੱਕ ਇੱਕ ਕਰਕੇ। ਸੋ ਪਹਿਲਾ ਹੈ ਬੱਚਿਓ, ਐਕਸ ਵਰਗ ਜਮ੍ਹਾਂ ਐਕਸ ਵਾਈ ਜਮ੍ਹਾਂ 6x ਜਮ੍ਹਾਂ 6y। ਸੋ ਇੱਥੇ ਦੇਖਦੇ ਹਾਂ ਬੱਚਿਓ, ਇਸ ਵਿਅੰਜਕ ਦੇ ਵਿੱਚ ਚਾਰ ਚਾਰ ਜਿਹੜੇ ਨੇ ਉਹ ਪਦ ਨੇ, ਪਹਿਲੇ ਅਸੀਂ ਦੋ ਪਦਾਂ ਵਾਲੇ ਕੀਤੇ ਨੇ, ਠੀਕ ਹੈ। ਸੋ ਅਸੀਂ ਇਹ ਦੇਖਾਂਗੇ ਕਿ ਅਸੀਂ ਜੋੜੇ ਦੇਖਣੇ ਨੇ ਵੀ ਕਿਹੜੇ ਪਦਾਂ ਵਿੱਚ ਸਾਨੂੰ, ਜੋੜਿਆਂ ਵਿੱਚ ਸਾਨੂੰ ਵੀ ਸਾਂਝੀ ਚੀਜ਼ ਮਿਲਦੀ ਹੈ। ਉਹਨੇ ਕੋਲ 6 ਅਤੇ 6 ਹੈ ਸਾਂਝਾ ਹੈ, ਅਤੇ ਇਹਦੇ ਵਿੱਚ ਐਕਸ ਅਤੇ ਐਕਸ ਸਾਂਝਾ ਹੈ, ਠੀਕ ਹੈ। ਸੋ ਅਸੀਂ ਇੱਦਾਂ ਲਿਖਾਂਗੇ ਦੋ ਦੋ ਕਰਕੇ, ਪਹਿਲੇ ਦੋ ਪਦਾਂ ਵਿੱਚ ਐਕਸ ਸਾਂਝਾ ਗੁਣਨਖੰਡ ਹੈ। ਸੋ ਅਸੀਂ ਪਹਿਲੇ ਦੋ ਪਦਾਂ ਨੂੰ ਲੈ ਲਿਆ, ਐਕਸ ਵਰਗ ਜਮ੍ਹਾਂ ਐਕਸ ਵਾਈ ਬਰਾਬਰ ਐਕਸ ਬਾਹਰ ਲੈ ਲਿਆ, ਇੱਕ ਆਪਣਾ ਵੰਡਕਾਰੀ ਗੁਣ ਕਰਕੇ, ਅਤੇ ਜਿਹੜੇ ਬ੍ਰੈਕਟ ਪਾਇਆ ਤੇ ਇੱਥੇ ਇਕੱਲਾ ਐਕਸ ਰਹਿ ਗਿਆ, ਅਤੇ ਜਮ੍ਹਾਂ ਇੱਥੋਂ ਜਿਹੜੇ ਐਕਸ ਚੱਕ ਲਿਆ ਤੇ ਇਕੱਲਾ ਵਾਈ ਬਚ ਗਿਆ, ਅਤੇ ਇੱਕ ਨੰਬਰ ਦੇ ਦਿੱਤਾ। ਅਤੇ ਆਖਰੀ ਦੋ ਪਦਾਂ ਦੇ ਵਿੱਚ 6 ਸਾਂਝਾ ਗੁਣਨਖੰਡ ਹੈਗਾ। ਸੋ 6x ਜਮ੍ਹਾਂ 6y ਬਰਾਬਰ 6 ਸਾਂਝਾ ਬਾਹਰ ਲੈ ਲਿਆ, ਅਤੇ ਇੱਥੇ ਇਕੱਲਾ ਐਕਸ ਰਹਿ ਗਿਆ ਅਤੇ ਇੱਥੇ ਇਕੱਲਾ ਵਾਈ ਰਹਿ ਗਿਆ। ਹੁਣ 1 ਅਤੇ 2 ਨੂੰ ਜੋੜ ਕੇ, ਜਿਲੇ 1 ਔਰ 2 ਨੂੰ ਜੋੜਿਆ ਤੇ ਬੱਚੋ ਇਹ ਦੋਨੋਂ ਨੂੰ ਜਿਲੇ ਖੱਬਾ ਪਾਸਾ ਜੋੜਿਆ ਤੇ ਸਾਡੇ ਕੋਲ ਪੂਰਾ ਵਿਅੰਜਕ ਇਹੀ ਬਣ ਗਿਆ ਜੋ ਪਹਿਲਾਂ ਸੀਗਾ, ਠੀਕ ਹੈ। ਤੇ ਇਹ ਸਾਡਾ ਬਣ ਗਿਆ ਇਹ ਵਾਲਾ, ਸੱਜੇ ਪਾਸੇ ਜੋੜ ਦਿੱਤੇ। ਹੁਣ ਦੇਖੋ ਭਾਈ ਬੱਚਿਓ, ਕੀ ਇਹ ਜਿਹੜੇ ਚਾਰ ਪਦ ਨੇ, ਜਿਹੜੇ 1 2 3 4 ਪਦ, ਇਹ ਦੋ ਪਦਾਂ ਵਿੱਚ ਬਣ ਗਿਆ। ਦੇਖੋ ਦੋ ਪਦ, ਇੱਕ ਇਹ ਵਾਲਾ ਪਦ ਬਣ ਗਿਆ ਤੇ ਇੱਕ ਹੁਣ ਇਹ ਵਾਲਾ ਪਦ ਬਣ ਗਿਆ, ਕਿਉਂਕਿ ਇਹ ਚੀਜ਼ ਹੈ ਬ੍ਰੈਕਟ ਵਿੱਚ ਹੈਗੀ ਹੈ। ਸੋ ਹੁਣ ਅਸੀਂ ਦੇਖਦੇ ਹਾਂ ਕਿ ਦੋਨੋਂ ਪਦਾਂ ਵਿੱਚ ਐਕਸ ਜਮ੍ਹਾਂ ਵਾਈ, ਜਿਹੜਾ ਐਕਸ ਜਮ੍ਹਾਂ ਵਾਈ ਤੇ ਐਕਸ ਜਮ੍ਹਾਂ ਵਾਈ, ਇਹ ਸਾਂਝਾ ਗੁਣਨਖੰਡ ਹੈ। ਸੋ ਅਸੀਂ ਹੁਣ ਇੱਕ, ਮਤਲਬ ਕਿ ਇੱਕ ਪਦ ਨਹੀਂ ਲੈ ਰਹੇ, ਦੋ ਪਦਾਂ ਦਾ ਗਰੁੱਪ ਲੈ ਰਹੇ ਹਾਂ, ਇਹ ਇੱਕ ਪਦ ਤੇ ਦੋ ਪਦ ਜੋ ਬ੍ਰੈਕਟ ਦੇ ਵਿੱਚ ਹੈਗਾ। ਸੋ ਇਹਦੇ ਵਿੱਚ ਸਾਰੇ ਸਵਾਲ ਇੱਦਾਂ ਆਉਣਗੇ ਜਿਹੜਾ ਕਿ ਬ੍ਰੈਕਟ ਦੇ ਵਿੱਚ ਇੱਕ ਪਦ ਹੈਗਾ ਜਿਹੜਾ ਉਹ ਸਾਂਝਾ ਬਣਦਾ ਪਿਆ, ਤੇ ਜਿਲੇ ਅਸੀਂ ਬੱਚਿਓ ਹੁਣ ਅਸੀਂ ਵੰਡਕਾਰੀ ਨੇਮ ਨੂੰ ਵਰਤਾਂਗੇ ਉਦਾਂ, ਤੇ ਜਿਲੇ ਅਸੀਂ ਇੱਦਾਂ ਲਿਖਾਂਗੇ ਤੇ ਐਕਸ ਜਮ੍ਹਾਂ ਵਾਈ ਅਸੀਂ ਬਾਹਰ ਲੈ ਲਿਆ ਤੇ ਬ੍ਰੈਕਟ ਪਾਇਆ, ਤੇ ਇੱਥੇ ਕੀ ਰਹਿ ਗਿਆ, ਐਕਸ ਜਮ੍ਹਾਂ ਵਾਈ ਚੱਕਿਆ, ਇਕੱਲਾ ਐਕਸ ਰਹਿ ਗਿਆ, ਠੀਕ ਹੈ। ਇੱਥੋਂ ਦੀ ਐਕਸ ਜਮ੍ਹਾਂ ਵਾਈ ਬਾਹਰ ਆਇਆ ਤੇ ਇੱਥੇ ਇਕੱਲਾ ਕੀ ਰਹਿ ਗਿਆ, 6 ਰਹਿ ਗਿਆ। ਸੋ ਜਮ੍ਹਾਂ 6 ਜਮ੍ਹਾਂ 6, ਲਓ ਜੀ ਇਹ ਸਾਡਾ ਬਣ ਗਿਆ। ਸੋ ਇਸ ਤਰ੍ਹਾਂ ਇਹ ਜਿਹੜਾ ਵਿਅੰਜਕ ਹੈ ਇਹਦੇ ਗੁਣਨਖੰਡ ਇਹ ਨੇ, ਐਕਸ ਜਮ੍ਹਾਂ ਵਾਈ ਬ੍ਰੈਕਟ ਵਿੱਚ ਤੇ ਫਿਰ ਅੱਗੇ ਐਕਸ ਜਮ੍ਹਾਂ 6। ਇਦਾਂ ਕਰਨੇ ਨੇ ਵਾਲੇ ਸਵਾਲ। ਅਗਲਾ ਦੇਖੀਏ, ਅਗਲਾ ਸਵਾਲ ਹੈ ਵਾਈ ਵਰਗ ਘਟਾ ਵਾਈ ਜ਼ੈਡ ਘਟਾ 3y ਜਮ੍ਹਾਂ 3z, ਠੀਕ ਹੈ। ਹੁਣ ਆ ਗਿਆ ਵਾਈ ਵਰਗ ਜਾਂ ਘਟਾ ਵਾਈ ਜ਼ੈਡ, ਇਹਨੂੰ ਅਸੀਂ ਬੱਚੇ ਥੋੜ੍ਹਾ ਤਬਦੀਲ ਕਰਾਂਗੇ। ਕਿਉਂ? ਮੈਨੂੰ ਪਹਿਲੀ ਨਜ਼ਰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਦੇਖੋ ਇੱਥੇ 3 ਸਾਂਝਾ, ਇੱਥੇ 3 ਸਾਂਝਾ ਹੈ, ਪਰ ਜਦੋਂ ਮੈਂ 3 ਸਾਂਝਾ ਬਾਹਰ ਲਵਾਂਗਾ ਤੇ ਮੈਨੂੰ ਮਿਲੇਗਾ ਜ਼ੈਡ ਘਟਾ ਵਾਈ। ਇਹ ਦੇਖੋ ਇੱਥੇ ਜ਼ੈਡ ਜਮ੍ਹਾਂ ਹੈ ਤੇ ਇੱਥੇ ਵਾਈ ਦੇ ਮੋਰੇ ਘਟਾ ਹੈ, ਜ਼ੈਡ ਘਟਾ ਵਾਈ ਮਿਲੇਗਾ, ਤੇ ਇਹ ਦੋਨਾਂ ਵਿੱਚ ਵਾਈ ਸਾਂਝਾ ਹੈ, ਠੀਕ ਹੈ ਨਾ। ਜਦੋਂ ਵਾਈ ਲਵਾਂਗਾ ਤੇ ਇੱਥੇ ਮੈਨੂੰ ਮਿਲੇਗਾ ਵਾਈ ਘਟਾ ਜ਼ੈਡ। ਇਹ ਪਦਾਂ ਵਿੱਚ ਮੈਨੂੰ ਵਾਈ ਘਟਾ ਜ਼ੈਡ ਮਿਲਦਾ ਪਿਆ, ਇਹ ਪਦਾਂ ਦੇ ਵਿੱਚ ਜ਼ੈਡ ਘਟਾ ਵਾਈ ਮਿਲਦਾ ਪਿਆ। ਸੋ ਦੋਨੋਂ ਫਰਕ ਪੈ ਰਿਹਾ, ਵਾਈ ਘਟਾ ਜ਼ੈਡ, ਜ਼ੈਡ ਘਟਾ ਵਾਈ, ਤੇ ਮੈਨੂੰ ਇੱਕੋ ਜਿਹਾ ਚਾਹੀਦਾ। ਸੋ ਇਹ ਕਰਨ ਲਈ ਬੱਚੋ ਮੈਂ ਕੀ ਕੀਤਾ, ਦੇਖੋ ਇਹ ਸਵਾਲ ਪਹਿਲੇ ਵੀ 2 ਜਾਂ 3 ਸਵਾਲ ਪਿਛਲੇ ਅਭਿਆਸ ਵਿੱਚ ਆਏ ਸੀਗੇ, ਉਹ ਸੀ ਇੱਦਾਂ ਦੱਸਿਆ ਤੁਹਾਨੂੰ ਮੈਂ ਵੀ ਇਹ ਦੇਖੋ ਇਹ ਘਟਾ 3y ਜਮ੍ਹਾਂ 3z ਹੈ,
ਭਾਵ 3z ਘਟਾ 3y ਹੈ। ਤੇ ਜਿਵੇਂ 3y ਘਟਾ 3z ਕਰਨਾ ਹੋਵੇ ਤੇ ਕੀ ਕਰੀਦਾ ਬੱਚਿਓ, ਫਿਰ ਇੱਥੇ ਘਟਾ ਦਾ ਨਿਸ਼ਾਨ ਲਗਾ ਕੇ ਤੇ ਬ੍ਰੈਕਟ ਪਾ ਦੇਗੀ। ਇਹ ਦੇਖੋ ਮੈਂ ਦਿੱਤੀ ਹੈ, ਇਹਦੇ ਨਾਲ ਇਹਦੇ ਵਿੱਚ ਕੋਈ ਫਰਕ ਨਹੀਂ ਪਿਆ, ਕਿਉਂਕਿ ਤੁਸੀਂ ਇੱਧਰ ਦੀ ਬ੍ਰੈਕਟ ਖੋਲ ਕੇ ਦੇਖ ਲਓ। ਜਿਵੇਂ ਮੈਂ ਬ੍ਰੈਕਟ ਖੋਲਾਂਗਾ, ਇਹ ਘਟਾ 3y, ਇੱਥੇ ਘਟਾ 3y, ਤੇ ਘਟਾ ਗੁਣਾ ਘਟਾ ਜਮ੍ਹਾਂ ਹੋ ਜਾਏਗੀ ਤੇ ਜਮ੍ਹਾਂ 3z ਤੇ ਜਮ੍ਹਾਂ 3z। ਇਹ ਸਿਰਫ ਮੈਂ ਇੱਕ ਯੁਕਤੀ ਕੀਤੀ ਹੈ, ਆਪਣੀ ਗਣਿਤ ਦੀ ਇੱਕ ਟ੍ਰਿਕ ਵਰਤੀ ਹੈ ਕਿ ਤਾਂ ਕਿ ਮੈਨੂੰ ਇੱਥੇ y ਘਟਾ z ਹੋ ਗਿਆ। ਇਹ ਦੇਖੋ ਇੱਥੇ ਵੀ y ਘਟਾ z ਹੋ ਗਿਆ, ਇੱਥੇ ਵੀ y ਘਟਾ z ਹੋ ਗਿਆ। ਸਿਰਫ ਮੈਂ ਕੀ ਕੀਤਾ, ਇੱਥੇ ਮੈਂ ਰਿਣਾਤਮਕ ਚਿੰਨ ਲਾਇਆ ਤੇ ਇੱਥੇ ਮੈਂ ਪਾ ਦਿੱਤਾ ਬ੍ਰੈਕਟ। ਜਦੋਂ ਤੁਸੀਂ ਸ਼ੁਰੂ ਸ਼ੁਰੂ 'ਚ ਇੱਦਾਂ ਦੇ ਸਵਾਲ ਕਰੋ ਇੱਦਾਂ ਦੇ, ਤੇ ਤੁਸੀਂ ਆਪਣੇ ਮਨ ਵਿੱਚ ਸੋਚ ਕੇ ਦੇਖ ਲਓ ਕਿ ਮੈਂ ਇੱਥੋਂ ਦੀ ਵਾਪਸ ਇੱਥੇ ਜਾਵਾਂ ਤੇ ਮੈਨੂੰ ਇਹੀ ਚੀਜ਼ ਮਿਲਦੀ ਕਿ ਨਹੀਂ ਮਿਲਦੀ ਜੋ ਮੈਂ ਤੁਹਾਨੂੰ ਨੇ ਬੋਲ ਕੇ ਦੱਸੀ ਹੈ। ਮੰਨ ਲਓ ਮੈਂ ਬ੍ਰੈਕਟ ਹਟਾ ਲਵਾਂ ਤੇ ਘਟਾ 3y ਘਟਾ 3y, ਤੇ ਘਟਾ ਗੁਣਾ ਘਟਾ ਜਮ੍ਹਾਂ ਹੋ ਜਾਏਗੀ ਜਮ੍ਹਾਂ 3z, ਭਾਵ ਮੈਨੂੰ ਇੱਥੋਂ ਦੀ ਇੱਥੇ ਆਉਣ ਨੂੰ ਉਹੀ ਚੀਜ਼ ਮਿਲ ਜਾਂਦੀ ਹੈ। ਇਹਦਾ ਮਤਲਬ ਇਹ ਹੋਇਆ ਜੋ ਮੈਂ ਇਹ ਤਬਦੀਲੀ ਕੀਤੀ ਹੈ, ਜੋ ਮੈਂ ਬਦਲਾਅ ਕੀਤਾ ਹੈ, ਉਹ ਬਿਲਕੁਲ ਦਰੁਸਤ ਹੈਗਾ, ਠੀਕ ਹੈਗਾ, ਉਹ 'ਚ ਕੋਈ ਗੜਬੜ ਨਹੀਂ ਹੈਗੀ। ਹੁਣ ਮੈਂ ਇਹਨੂੰ ਦੇਖ ਕੇ ਚੱਲਾਂਗਾ ਤੇ ਪਹਿਲੇ ਦੋ ਪਦਾਂ ਦੇ ਵਿੱਚ y ਸਾਂਝਾ ਗੁਣਨਖੰਡ ਹੈ, ਸੋ ਜਿਲੇ y ਵਰ ਘਟਾ y z, ਸੋ y ਬਾਹਰ ਆ ਗਿਆ, ਬ੍ਰੈਕਟ 'ਚ ਆ ਗਿਆ, ਇੱਥੇ y, ਇੱਥੇ z, y ਘਟਾ z, ਇਹਨੂੰ ਇੱਕ ਨੰਬਰ ਦਿੱਤਾ। ਤੇ ਇਹਦੇ ਵਿੱਚ ਬੱਚੋ 3 ਅਤੇ 3 ਸਾਂਝਾ ਗੁਣਨਖੰਡ ਹੈ, ਅਤੇ ਆਖਰੀ ਦੋ ਪਦਾਂ ਵਿੱਚ 3 ਸਾਂਝਾ ਗੁਣਨਖੰਡ ਹੈ, ਸੋ 3y ਘਟਾ 3z ਬਰਾਬਰ 3 ਬਾਹਰ ਲੈ ਲਿਆ ਤੇ y ਘਟਾ z। ਹੁਣ ਦੇਖੋ ਇੱਥੇ y ਘਟਾ z ਆ ਗਿਆ, ਇੱਥੇ ਵੀ y ਘਟਾ z ਆ ਗਿਆ। ਜੇ ਮੈਂ ਇਹ ਨਾ ਕਰਦਾ ਤੇ ਇੱਥੇ ਮੈਨੂੰ ਮਿਲਣਾ ਸੀ z ਘਟਾ y, ਉਹਨਾਂ ਫਿਰ ਇਹ ਸਾਂਝ ਨਹੀਂ ਬਣਨੀ ਸੀਗੀ, ਠੀਕ ਹੈ। ਹੁਣ ਇਹ 1 ਅਤੇ 2 ਨੂੰ ਜੋੜ ਕੇ ਐਵੇਂ ਜੋੜਤਾ ਤੇ ਮੈਨੂੰ ਇਹ ਚੀਜ਼ ਵਾਪਸ ਮਿਲ ਗਈ, ਤੇ ਇਹ ਜਿਹੜੇ ਜੋੜਿਆ ਤੇ ਮੈਨੂੰ ਇਹ ਮਿਲ ਗਿਆ ਸੱਜਾ ਪਾਸਾ। ਹੁਣ ਦੇਖੋ ਇੱਥੇ y ਘਟਾ z, y ਘਟਾ z, ਅਸੀਂ ਦੇਖਦੇ ਹਾਂ ਕਿ ਦੋਨੋਂ ਪਦਾਂ ਵਿੱਚ y ਘਟਾ z ਸਾਂਝਾ ਗੁਣਨਖੰਡ ਹੈ, ਇਸ ਕਰਕੇ ਇਹ ਜਿਹੜੀ ਚੀਜ਼ ਹੈ ਕਿਹਦੇ ਬਰਾਬਰ ਹੋ ਜਾਏਗੀ, y ਘਟਾ z ਬਾਹਰ ਲਿਆ, y ਘਟਾ z ਬਾਹਰ ਲਿਆ ਇੱਥੇ, ਤੇ ਇੱਥੇ ਕੀ ਬਚ ਗਿਆ y, ਫਿਰ ਘਟਾ ਤੇ 3। ਤੇ ਇਹਦਾ ਮਤਲਬ ਇਹ ਹੋਇਆ ਬੱਚਿਓ, ਇਸ ਤਰ੍ਹਾਂ ਇਹ ਜਿਹੜਾ ਮੂਲ ਵਿਅੰਜਕ ਹੈਗਾ ਇਹ ਵਾਲਾ, ਇਹ ਇਹਦੇ ਬਰਾਬਰ ਹੈ y ਘਟਾ z ਬ੍ਰੈਕਟ y ਘਟਾ 3, ਇਹ ਸਾਡਾ ਆ ਗਿਆ ਜਵਾਬ। ਅੱਗੇ ਚਲੀਏ, ਹੁਣ ਆ ਗਿਆ ਬੱਚੋ 12xy ਘਟਾ 8x ਜਮ੍ਹਾਂ 3y ਘਟਾ 2। ਹੁਣ ਦੇਖੋ ਬੱਚੋ, ਤਜਰਬੇ ਨਾਲ ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ ਜਾਏਗਾ। ਦੇਖੋ 4 × 3 = 12 ਤੇ 4 × 2 = 8, ਇੱਥੇ 3y ਤੇ 2, ਸੋ ਮੈਨੂੰ ਤਾਂ ਸਮਝ ਆਉਂਦੀ ਹੈ ਹੌਲੀ ਹੌਲੀ। ਇਹ ਤੁਹਾਨੂੰ ਯਾਨੀ ਕਿ ਸਾਰੇ ਸਵਾਲ ਇੱਕੋ ਹੀ ਹੋਣਗੇ, ਥੋੜ੍ਹਾ ਜਿਹਾ ਬਦਲਾਅ ਵੀ ਆ ਗਿਆ, ਹੁਣ ਇਹ ਸਵਾਲ 'ਚ ਬਦਲਾਅ ਹੈਗਾ, ਪਰ ਜਦੋਂ ਤਜਰਬਾ ਹੋ ਜਾਏਗਾ ਤੁਸੀਂ ਤਾਂ ਹੁਣ ਦੇਖ ਰਹੇ ਹੋ ਤੇ 4 × 3 = 12 ਬਣਦਾ ਤੇ 3y ਹੈਗਾ, 4 × 2 = 8 ਤੇ ਇੱਥੇ 2 ਹੈਗਾ। ਸੋ ਮੈਂ ਕੀ ਕੀਤਾ, ਇਹਨੂੰ ਮੈਂ ਇੱਦਾਂ ਕਰਕੇ ਲਿਖ ਲਿਆ 3 × 4xy 12 ਨੂੰ, 12xy ਨੂੰ 3 × 4xy ਲਿਖ ਲਿਆ, ਤੇ 8x ਨੂੰ ਮੈਂ ਲਿਖਿਆ ਘਟਾ 2 × 4x, ਠੀਕ ਹੈ, ਤੇ ਜਮ੍ਹਾਂ 3y ਘਟਾ 2। ਹੁਣ ਦੇਖੋ ਬੱਚੋ, ਇਹ ਜਿਹੜੇ ਪਹਿਲੇ ਦੋ ਗੁਣਨਖੰਡ ਨੇ ਆ ਬੜੇ, ਇੱਥੋਂ ਲੈ ਕੇ ਇੱਥੇ ਤੱਕ, ਇਹ 'ਚ 4x ਵੀ ਸਾਂਝਾ ਹੈ ਤੇ ਇੱਥੇ 4x ਸਾਂਝਾ ਹੈ। ਸੋ ਪਹਿਲੇ ਦੋ ਪਦਾਂ ਵਿੱਚ 4x ਸਾਂਝਾ ਗੁਣਨਖੰਡ ਹੈ, ਸੋ 12x ਘਟਾ 8 x ਬਰਾਬਰ ਹੋ ਗਿਆ 4x ਬਾਹਰ ਲੈ ਲਿਆ, ਸੋ ਬ੍ਰੈਕਟ 'ਚ ਆ ਗਿਆ 3y ਘਟਾ 2, ਕਿਉਂਕਿ 4 × 3 = 12 12xy ਤੇ 4 × 2 = 8 8x, ਉਹੀ ਚੀਜ਼ ਆ ਜਾਂਦੀ ਹੈ। ਸੋ 12 ਅਤੇ 8 ਵਿੱਚ 4 ਸਾਂਝਾ ਹੈ, ਤੇ x ਵੀ ਸਾਂਝਾ ਹੈ, ਤੇ x ਵੀ ਸਾਂਝਾ, 4x ਬਾਹਰ ਲੈ ਲਿਆ। ਅਤੇ ਆਖਰੀ ਦੋ ਪਦਾਂ ਵਿੱਚ 3y ਘਟਾ 2 'ਚ ਕੁਛ ਵੀ ਸਾਂਝਾ ਨਹੀਂ ਹੈਗਾ, ਦੇਖੋ 3y 'ਚ 2 ਨਹੀਂ ਹੈਗਾ, ਤੇ 2 ਵਿੱਚ ਨਾ 3 ਹੈਗਾ ਤੇ ਨਾ y ਹੈਗਾ। ਤੇ ਬੱਚੋ, ਅਸੀਂ ਇਹ ਸਵਾਲ ਪਹਿਲੇ ਕਰ ਚੁੱਕੇ ਹਾਂ, ਜਦੋਂ ਕੋਈ ਵੀ ਗੁਣਨਖੰਡ ਸਾਂਝਾ ਨਾ ਹੋਵੇ ਤੇ ਅਸੀਂ ਫਿਰ 1 ਨੂੰ ਸਾਂਝਾ ਗੁਣਨਖੰਡ ਲੈਂਦੇ ਹਾਂ, ਅਤੇ ਆਖਰੀ ਦੋ ਪਦਾਂ ਵਿੱਚ 1 ਸਾਂਝਾ ਗੁਣਨਖੰਡ ਹੈ। ਇਹ ਗੱਲ ਨੂੰ ਅਸੀਂ ਪਹਿਲੇ ਸਵਾਲਾਂ ਵਿੱਚ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਜਦੋਂ ਕੋਈ ਵੀ ਗੁਣਨਖੰਡ ਸਾਂਝਾ ਨਾ ਹੋਵੇ ਤਦ ਸਾਂਝਾ ਗੁਣਨਖੰਡ 1 ਲਿਆ ਜਾਂਦਾ ਹੈ। ਸੋ 3y ਘਟਾ 2 ਬਰਾਬਰ 1 ਗੁਣਾ 3y ਘਟਾ 2, ਇਹਨੂੰ ਮੈਂ ਇੱਦਾਂ ਕਰਕੇ ਲਿਖ ਲਿਆ। ਹੁਣ ਇਹ ਦੋਨਾਂ ਨੂੰ ਜੋੜਿਆ, 1 ਅਤੇ 2 ਨੂੰ ਜੋੜਿਆ, ਤੇ ਬੱਚੋ ਐਵੇਂ ਨੂੰ ਪੂਰੀ ਚੀਜ਼ ਵਾਪਸ ਮਿਲ ਗਈ ਐਵਲੀ, ਠੀਕ ਹੈ, ਮਿਲ ਗਈ।
ਤੇ ਇਹ ਸੱਜੇ ਪਾਸੇ ਮਿਲ ਗਿਆ ਮੈਨੂੰ ਇਹ 4x 3y² 2 ਤੇ 1 × 3y² 2। ਹੁਣ ਇਹਨਾਂ ਦੋਨਾਂ 'ਚ ਦੇਖਦੇ ਹਾਂ ਕਿ ਅਸੀਂ ਦੇਖਦੇ ਹਾਂ ਕਿ ਦੋਨੋਂ ਪਦਾਂ ਵਿੱਚ 3y² 2 ਸਾਂਝਾ ਗੁਣਨਖੰਡ ਹੈ। ਸੋ ਵੰਡਕਾਰੀ ਨਿਯਮ ਨੂੰ ਵਰਤਦੇ ਹੋਏ ਇਹ 3y² 2 ਜਿਲੇ ਬਾਹਰ ਲਿਆ, 3y² 2 3y² 2 ਜਿਲੇ ਬਾਹਰ ਲਿਆ ਤੇ ਇੱਥੇ ਕੀ ਬਚ ਗਿਆ, ਬਚੇ 4x ਤੇ ਜਮਾ 1। ਲਓ ਜੀ ਇਹ ਸਾਡਾ ਜਵਾਬ ਆ ਗਿਆ। ਇਸ ਤਰ੍ਹਾਂ ਇਹ ਵਿਅੰਜਕ ਦੇ ਗੁਣਨਖੰਡ ਨੇ 3y² 2 ਫਿਰ ਬ੍ਰੈਕਟ ਪਾ ਕੇ 4x + 1। ਇਹ ਬੱਚੋ ਜਿਵੇਂ ਜਿਵੇਂ ਤੁਸੀਂ ਆਪਣੇ ਆਪ ਅਭਿਆਸ ਕਰੋਗੇ ਇਹ ਸਾਰੀ ਚੀਜ਼ ਸਪਸ਼ਟ ਹੁੰਦੀ ਜਾਏਗੀ। ਅੱਗੇ ਚਲੀਏ, a² b² ab² + 4a + 4b। ਪਹਿਲੇ ਦੋ ਪਦਾਂ 'ਚ ਦੇਖੋ a b, ਇੱਥੇ 4 4 ਸਾਂਝਾ ਹੈ। ਸੋ ਪਹਿਲੇ ਦੋ ਪਦਾਂ ਵਿੱਚ a ਅਤੇ b ਸਾਂਝੇ ਗੁਣਨਖੰਡ ਹਨ। ਸੋ a² b² ab² = ab ਸਾਂਝਾ ਲਿਆ ਤੇ ਬਣ ਗਿਆ a² b, ਠੀਕ ਹੈ ਜੀ। ਅਤੇ ਆਖਰੀ ਦੋ ਪਦਾਂ ਵਿੱਚ 4 ਸਾਂਝਾ ਗੁਣਨਖੰਡ ਹੈ, ਸੋ ਇਹ ਬਣ ਗਿਆ 4a² b। ਦੋਨਾਂ ਨੂੰ ਜੋੜਿਆ ਤੇ ਮੈਨੂੰ ਇਹ ਚੀਜ਼ ਮਿਲ ਗਈ। ਹੁਣ ਬੱਚੇ ਇਹਦੇ ਵਿੱਚ ਕੀ ਹੋ ਗਿਆ ਕਿ ਇਹ ਸਾਂਝਾ ਗੁਣਨਖੰਡ ਆ ਗਿਆ। ਅਸੀਂ ਦੇਖਦੇ ਹਾਂ ਕਿ ਦੋਨੋਂ ਪਦਾਂ ਵਿੱਚ a² b ਸਾਂਝਾ ਗੁਣਨਖੰਡ ਹੈ। ਜਿੱਥੇ ਤੱਕ ਸਾਂਝੇ ਗੁਣਨਖੰਡ ਨੇ ਉਹਨਾਂ ਨੂੰ ਮੈਂ ਲਾਲ ਰੰਗ ਦਿੱਤਾ ਹੈ ਤਾਂ ਕਿ ਤੁਸੀਂ ਧਿਆਨ ਦੇ ਨਾਲ ਦੇਖ ਲਓ, ਤੁਹਾਨੂੰ ਸਮਝਣਾ ਸੌਖਾ ਹੋ ਜਾਏ। ਸੋ ਬੱਚੋ ਜਿਹੜੇ a² b ਬਾਹਰ ਲਿਆ ਇਹ ਸਾਂਝਾ ਜਿਹੜਾ ਵੰਡਕਾਰੀ ਨਿਯਮ ਦੇ ਨਾਲ, ਤੇ ਇੱਥੇ ਕੀ ਬਚ ਗਿਆ ab + 4। ਲਓ ਜੀ ਇਹ ਸਾਡਾ ਜਵਾਬ ਆ ਗਿਆ। ਇਸ ਤਰ੍ਹਾਂ ਇਹ ਵਿਅੰਜਕ ਦੇ ਗੁਣਨਖੰਡ ਨੇ a² b * ab + 4। ਅੱਗੇ ਚਲੀਏ, 5ਵਾਂ ਭਾਗ x³√6x² + x²6। ਹੁਣ ਦੇਖੋ ਬੱਚੋ, ਇੱਥੇ 6x√6x²6 ਇੱਧਰ ਮੈਨੂੰ ਪਤਾ ਵੀ ਐਕਸ ਵਰਗ ਜਿਹੜਾ ਮੈਂ ਜੇ ਬਾਹਰ ਕੱਢ ਦੇਵਾਂ, ਐਕਸ ਵਰਗ ਇੱਥੋਂ ਐਕਸ ਵਰਗ ਬਾਹਰ ਕੱਢ ਦੇਵਾਂ ਤੇ ਇੱਥੇ ਵੀ x² 6 ਬਚ ਜਾਏਗਾ ਤੇ ਇਹ ਵੀ x² 6। ਸੋ ਪਹਿਲੇ ਦੋ ਪਦਾਂ ਵਿੱਚ ਐਕਸ ਵਰਗ ਸਾਂਝਾ ਗੁਣਨਖੰਡ ਹੈ, ਸੋ ਇਹ ਬਣ ਗਿਆ x² × x²6, 1 ਨੰਬਰ ਦਿੱਤਾ। ਅਤੇ ਆਖਰੀ ਦੋ ਪਦਾਂ ਵਿੱਚ ਇੱਕ ਸਾਂਝਾ ਗੁਣਨਖੰਡ ਹੈ, ਕਿਉਂਕਿ ਐਕਸ ਔਰ 6 ਦੋਨਾਂ 'ਚ ਕੋਈ ਸਾਂਝ ਨਹੀਂ ਹੈਗੀ, ਤੇ ਇਹਦਾ ਮਤਲਬ ਕੀ ਹੋਇਆ, ਇਹਨਾਂ 'ਚ ਸਾਂਝਾ ਗੁਣਨਖੰਡ ਹੋ ਗਿਆ 1। ਸੋ x² 6 = 1, x² 6, 1 ਅਤੇ 2 ਨੂੰ ਜੋੜਿਆ ਤੇ ਸਾਨੂੰ ਇਹ ਚੀਜ਼ ਮਿਲ ਗਈ। ਤੇ ਹੁਣ ਬੱਚਿਓ ਦੋਨਾਂ 'ਚ ਕੀ ਹੋ ਗਿਆ, ਇਹ 4 ਪਦ ਜਿਹੜੇ ਨੇ ਇਹ 2 ਪਦਾਂ ਵਿੱਚ ਬਦਲ ਗਏ, ਇੱਕ ਇਹ ਵਾਲਾ ਪਦ ਤੇ ਇੱਕ ਇਹ ਵਾਲਾ ਪਦ, ਤੇ ਦੋਨੋਂ ਪਦਾਂ ਵਿੱਚ x² 6 ਸਾਂਝਾ ਗੁਣਨਖੰਡ ਹੈ। ਸੋ ਇਹ ਕਿਹਦੇ ਬਰਾਬਰ ਹੋ ਗਿਆ, x² 6 x² 6 ਜਿਹੜੇ ਬਾਹਰ ਲਿਆ ਤੇ ਬ੍ਰੈਕਟ ਪਾਇਆ, ਇੱਥੇ ਮੇਰੇ ਕੋਲ ਬਚ ਗਿਆ x² ਤੇ ਜਮਾ 1 ਜਮਾ 1। ਇਸ ਤਰ੍ਹਾਂ ਇਹ ਵਿਅੰਜਕ ਜਿਹੜਾ ਹੈ ਬੱਚਿਓ x² 6 ਤੇ ਬ੍ਰੈਕਟ x² + 1 ਦੇ ਬਰਾਬਰ ਹੈਗਾ। ਅੱਗੇ ਚਲੀਏ, a² + ab ਬ੍ਰੈਕਟ ਪਾ ਕੇ 1 + b + b³। ਹੁਣ ਬੱਚਾ ਥੋੜ੍ਹਾ ਜਿਹਾ ਫਰਕ ਹੈਗਾ, ਸੋ ਇਹੋ ਜਿਹੇ ਸਵਾਲਾਂ ਨੂੰ ਕੀ ਕਰੀਦਾ, ਪਹਿਲੇ ਅੰਦਰਲੇ ਬ੍ਰੈਕਟ ਨੂੰ ਖੋਲ ਲਈਦਾ, ਕਿਉਂਕਿ ਇਹ 'ਚ ਕੋਈ ਸਾਂਝ ਨਹੀਂ ਬਣਦੀ ਪਈ। ਦੇਖੋ ਇਹ 3 ਪਦ ਬਣੇ ਹੋਏ ਨੇ, 1 2 ਤੇ 3। ਸੋ ਮੈਂ ਕੀ ਕੀਤਾ, ਇਹਨੂੰ ਮੈਂ ਖੋਲ ਦਿੱਤਾ। ਲਓ ਜੀ ab ਤੇ ab² ਹੁਣ ਦੇਖੋ ਗੱਲ ਬਣ ਗਈ। ਹੁਣ ਪਹਿਲੇ ਦੋ ਵਰਗਾਂ ਵਿੱਚ a ਸਾਂਝਾ ਹੈ, ਦੇਖੋ, ਸੋ a ਸਾਂਝਾ ਲੈ ਲਿਆ, ਸੋ a² b, ਤੇ ਦੂਜੇ ਦੋ ਵਰਗਾਂ ਵਿੱਚ b² ਸਾਂਝਾ ਹੈ, ਸੋ b² ਸਾਂਝਾ ਹੈ। ਦੇਖੋ, ਸੋ ਜਿਹੜੇ b² ਬਾਹਰ ਲਿਆ ਤੇ ਫਿਰ a² b ਆ ਗਿਆ, ਇੱਥੇ ਵੀ a² b ਆ ਗਿਆ, ਇੱਥੇ ਵੀ a² b ਆ ਗਿਆ। ਇਹ ਜਿਵੇਂ ਜਿਵੇਂ ਬੱਚੇ ਤੁਸੀਂ ਸਵਾਲ ਕਰਦੇ ਜਾਓਗੇ, ਤੁਹਾਨੂੰ ਆਪਣੇ ਆਪ ਤੁਹਾਡਾ ਦਿਮਾਗ ਇਸ ਪਾਸੇ ਕੰਮ ਕਰਨਾ ਸ਼ੁਰੂ ਕਰ ਦੇਗਾ। ਸੋ 1 ਅਤੇ 2 ਨੂੰ ਜੋੜ ਕੇ ਸਾਨੂੰ ਇਹ ਚੀਜ਼ ਮਿਲ ਗਈ, ਇਦਾਂ ਇਹ ਮਿਲ ਗਈ। ਸੋ ਅਸੀਂ ਦੇਖਦੇ ਹਾਂ ਕਿ ਦੋਨਾਂ ਦੇ ਵਿੱਚ a² b ਸਾਂਝਾ ਗੁਣਨਖੰਡ ਹੈ। ਸੋ ਵੰਡਕਾਰੀ ਨਿਯਮ ਨੂੰ ਵਰਤਦੇ ਹੋਏ ਜਿਹੜੇ ਅਸੀਂ ਇਦਾਂ ਲਿਖਿਆ, ਤੇ ਜਿਹੜੇ a² b ਬਾਹਰ ਲਿਆ, ਮੈਂ a² b ਇੱਥੋਂ ਦੀ ਬਾਹਰ ਲਿਆ, ਤੇ ਬੱਚਿਓ ਕੀ ਬਣ ਗਿਆ ਮੇਰੇ ਕੋਲ, ਇੱਥੇ a ਤੇ ਇੱਥੇ ਜਮਾ b² ਬਚ ਗਿਆ। ਸੋ ਇਹ ਮੇਰਾ ਜਵਾਬ ਆ ਗਿਆ। ਇਸ ਤਰ੍ਹਾਂ ਇਹ ਵਿਅੰਜਕ ਜਿਹੜਾ ਹੈ ਇਹਦੇ ਬਰਾਬਰ ਹੈ a² b, ਬ੍ਰੈਕਟ ਖਤਮ ਬੰਦ, ਤੇ ਫਿਰ a² b². ਅੱਗੇ ਚਲੀਏ, ਹੁਣ ਆ ਗਿਆ ਬੱਚਿਓ 3px + 6py + 8qy + 4qx। ਹੁਣ ਬੱਚਿਓ ਇੱਥੇ ਵੀ ਮੈਂ
ਥੋੜ੍ਹਾ ਇਹਨੂੰ ਕੀ ਕਰਾਂਗਾ, ਇਹਨੂੰ ਸਮੂਹੀਕਰਨ ਕਰਾਂਗਾ। ਮੁੜ ਸਮੂਹੀਕਰਨ ਕੀਤਾ, ਦੇਖੋ 3px/6y, ਮੈਂ ਦੇਖਦਾ ਇਹ 'ਚ 3 ਬਾਰ ਆਉਂਦਾ ਹੈ, ਦੇਖੋ 3 ਦੋਨਾਂ 'ਚ 3 ਬਾਰ ਆਉਂਦਾ ਹੈ, 3p ਬਾਹਰ ਆਏਗਾ ਅਤੇ ਮੈਨੂੰ x/y ਮਿਲ ਜਾਏਗਾ। ਪਰ ਇੱਥੇ ਬੱਚਿਓ ਇਹਨਾਂ ਨੇ 4px ਬਾਅਦ 'ਚੋਂ ਲਿਖਿਆ ਹੈ ਅਤੇ -8py ਲਿਖਿਆ, ਪਰ ਹੈ x/y। ਇਹ ਵੀ ਦੇਖੋ x/y ਹੈ, ਇਹ ਵੀ x/y। ਸੋ ਉਹਨੂੰ ਬ੍ਰੈਕਟ ਮਤਲਬ ਮਾਈਨਸ ਸਾਈਨ ਬਾਹਰ ਲੈ ਕੇ ਅੰਦਰ ਮਾਈਨਸ ਕਰਨ ਦੀ ਲੋੜ ਨਹੀਂ, ਸਿਰਫ ਮੈਨੂੰ ਇਹ ਇੱਥੇ ਲਿਖਣਾ ਹੈ ਅਤੇ ਇੱਥੇ ਲਿਖਣਾ ਹੈ, -4qx/8y। ਤੇ ਜਦੋਂ ਮੈਂ 4 ਵਾਰ ਕੱਢਾਂਗਾ, 4 ਕਿਊ ਵਾਰ ਕੱਢਾਂਗਾ ਤੇ x/y ਮੈਨੂੰ ਮਿਲਦਾ ਪਿਆ, ਦੇਖ ਕੇ ਪਤਾ ਲੱਗਦਾ ਪਿਆ। ਠੀਕ ਹੈ, ਪਹਿਲੇ ਦੋ ਪਦਾਂ ਵਿੱਚ 3p ਸਾਂਝਾ ਗੁਣਨਖੰਡ ਹੈ, ਸੋ 3p ਜਿਲੇ ਬਾਹਰ ਲਿਆ, ਸੋ ਇਹ ਬਣ ਗਿਆ ਇੱਥੇ x, ਤੇ ਇੱਥੇ 3 × 6 2y, x/2y। ਅਤੇ ਆਖਰੀ ਦੋ ਪਦਾਂ ਵਿੱਚ 4q ਸਾਂਝਾ ਗੁਣਨਖੰਡ ਹੈ, ਸੋ ਜਿਹੜੇ 4q ਬਾਹਰ ਲਿਆ ਤੇ ਇੱਥੇ ਬਚ ਗਿਆ x, ਤੇ 4 × 8, ਤੇ ਇੱਥੇ ਬਚ ਗਿਆ 2y। ਲਓ ਜੀ, ਹੁਣ 1 ਅਤੇ 2 ਨੂੰ ਜੋੜ ਕੇ ਮੈਨੂੰ ਇਹ ਚੀਜ਼ ਪ੍ਰਾਪਤ ਹੋ ਗਈ, ਹੁਣ x/2y, x/2y ਸਾਂਝਾ ਗੁਣਨਖੰਡ ਹੈ ਇਹ ਦੋ ਪਦਾਂ ਦੇ ਵਿੱਚ। ਸੋ ਜਿਲੇ ਮੈਂ x/2y ਬਾਹਰ ਲਿਆ, ਇਹ ਬਾਹਰ ਲੈ ਲਿਆ ਚੱਕ ਕੇ ਇੱਥੋਂ ਦੀ, ਦੋਨੋਂ ਬਾਹਰ ਲੈ ਲਏ, ਬ੍ਰੈਕਟ ਪਾਈ, ਤੇ ਇੱਥੇ ਬਚ ਗਿਆ 3p, ਤੇ ਇੱਥੇ ਬਚ ਗਿਆ -4q। ਸਹਿ ਮੇਰਾ ਜਵਾਬ ਆ ਗਿਆ ਇਸ ਤਰ੍ਹਾਂ, ਇਹ ਜਿਹੜਾ ਵਿਅੰਜਕ ਹੈਗਾ ਇਹ ਇਹਦੇ ਬਰਾਬਰ ਹੈ, ਇਹ ਇਹਦੇ ਦੋ ਗੁਣਨਖੰਡ ਹੋ ਗਏ। ਅੱਗੇ ਚਲੀਏ ਆਖਰੀ ਭਾਗ, r·7 + 7pq·pqr। ਤੇ ਬੱਚੋ ਇਹਨੂੰ ਫਿਰ ਮੈਂ ਦੇਖੋ ਇੱਥੇ ਹੈਗਾ r·7। ਠੀਕ ਹੈ, ਇਹ ਇੱਥੇ r·7 ਹੈਗਾ, ਤੇ ਮੈਂ ਹੁਣ ਇਹਨੂੰ ਥੋੜ੍ਹਾ ਕੀ ਕਰਨਾ, ਮੈਂ ਥੋੜ੍ਹਾ ਅਰੇਂਜ ਕਰਨਾ। ਇੱਥੇ ਹੈਗਾ 7·r, ਜਿਵੇਂ pq ਬਾਹਰ ਕੱਢ ਦਵਾਂ, ਇਹ pq ਸਾਂਝਾ ਹੈ, pq ਸਾਂਝਾ, ਤੇ ਇਹ ਬਣਦਾ 7·r, ਇਹ ਹੈਗਾ r·7। ਤੇ ਮੈਂ ਕੀ ਕਰਾਂਗਾ ਬੱਚੇ, ਉਹੀ ਜੋ ਪਹਿਲੇ ਕੀਤਾ ਸੀਗਾ, ਮੈਂ ਇੱਥੇ ਮਾਈਨਸ ਦਾ ਸਾਈਨ ਲਗਾਵਾਂਗਾ ਤੇ ਬ੍ਰੈਕਟ ਪਾ ਦੇਵਾਂਗਾ। ਸੋ ਮਾਈਨਸ ਦਾ ਸਾਈਨ ਲਾਇਆ ਬੱਚੇ, ਆ ਦੇਖੋ, ਤੇ ਇਹਨੂੰ ਮੈਂ ਕੀ ਕੀਤਾ, pqr ਮੈਂ ਅੱਗੇ ਕਰਤਾ ਤੇ -7pq ਕਰ ਦਿੱਤਾ। ਇਹ ਬੱਚਿਓ ਚੀਜ਼ ਇਹ ਵਾਰ ਵਾਰ ਮੈਂ ਤੁਹਾਨੂੰ ਦੱਸਿਆ, ਇਹ ਹੁਣ 5ਵਾਂ ਇੱਦਾਂ ਦਾ ਉਦਾਹਰਣ ਆਇਆ ਜਿਹ 'ਚ ਮੈਂ ਇਹ ਕੰਮ ਕੀਤਾ, ਤੇ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਵਾਰ ਵਾਰ ਕਰਕੇ ਦੇਖ ਲਓਗੇ, ਜਦੋਂ ਤੁਸੀਂ 5-6 ਵਾਰ ਇਹ ਵਾਲੀ ਗੱਲ ਕਰ ਲਓਗੇ ਤੁਹਾਡੇ ਲਈ ਨਵੀਂ ਗੱਲ ਹੋਏਗੀ, ਤੇ ਫਿਰ ਤੁਸੀਂ ਘਬਰਾਉਣਾ ਨਹੀਂ। ਜੇ ਪਹਿਲੀ ਵਾਰ ਤੁਹਾਨੂੰ ਇਹ ਗੱਲ ਨਹੀਂ ਸਮਝ ਆਉਂਦੀ ਤੇ ਬਿਲਕੁਲ ਨਹੀਂ ਘਬਰਾਉਣਾ, ਜਦੋਂ ਤੁਸੀਂ ਵਾਰ ਵਾਰ ਕਰੋਗੇ ਇਹ ਗੱਲ ਨੂੰ, ਅਭਿਆਸ ਹੋ ਜਾਏਗਾ ਤੁਹਾਡਾ, ਤੇ ਫਿਰ ਤੁਸੀਂ ਸਹਿਜੇ ਹੀ ਕਰ ਲਵੋਗੇ। ਮੈਂ ਤੁਹਾਨੂੰ ਫਿਰ ਕਹਿ ਰਿਹਾ, ਦੇਖੋ ਇਹ ਘਟਾ ਹੈਗਾ r·7, ਇਹ ਬਣਦਾ ਪਿਆ 7·r, ਜਿਵੇਂ pq ਬਾਹਰ ਕੱਢਾਂ ਤੇ 7·r ਬਣਦਾ, ਤੇ ਮੈਂ ਇਹਨੂੰ r·7 ਕਰਨਾ। ਤੇ ਮੈਂ ਕੀ ਕੀਤਾ, ਇੱਥੇ ਇੱਥੇ ਮਾਈਨਸ ਦਾ ਸਾਈਨ ਲਗਾਇਆ, ਇੱਥੇ ਬ੍ਰੈਕਟ ਲਗਾ ਦਿੱਤਾ, ਤੇ ਜਿਹੜਾ ਇਹ pqr ਹੈ ਜਮ੍ਹਾਂ ਹੋ ਗਿਆ, ਦੇਖੋ pq ਜਮ੍ਹਾਂ ਹੋ ਗਿਆ, ਤੇ spq ਜਿਹੜਾ ਹੈ ਉਹ ਘਟਾ ਹੋ ਗਿਆ, ਇਹ ਘਟਾ spq। ਠੀਕ ਹੈ ਜੀ, ਇਹ 7pq ਹੋ ਗਿਆ। ਹੁਣ ਦੇਖੋ, ਹੁਣ ਮੈਂ ਇਹਨੂੰ ਲਵਾਂਗਾ, ਪਹਿਲੇ ਦੋ ਪਦਾਂ ਵਿੱਚ ਇੱਕ ਸਾਂਝਾ ਗੁਣਨਖੰਡ ਹੈ, ਕਿਉਂਕਿ r ਔਰ 7 ਵਿੱਚ ਕੋਈ ਸਾਂਝ ਨਹੀਂ ਹੈਗੀ, ਕੋਈ ਸਾਂਝਾ ਗੁਣਨਖੰਡ ਨਹੀਂ, ਤੇ ਜਦੋਂ ਸਾਂਝਾ ਗੁਣਨਖੰਡ ਨਾ ਹੋਵੇ ਤਾਂ ਅਸੀਂ ਇੱਕ ਨੂੰ ਸਾਂਝਾ ਗੁਣਨਖੰਡ ਲੈਂਦੇ ਹਾਂ। ਸੋ ਇਹ ਬਣ ਗਿਆ r·7 = 1, (r·7) ਇਹਨੂੰ ਇੱਕ ਨੰਬਰ ਦੇ ਦਿੱਤਾ। ਤੇ ਦੂਜੇ ਦੋ ਪਦਾਂ ਦੇ ਵਿੱਚ pq ਸਾਂਝਾ ਗੁਣਨਖੰਡ ਹੈਗਾ ਇਹ ਦੋ ਪਦਾਂ ਵਿੱਚ। ਠੀਕ ਹੈ, ਸੋ pqr·7pq ਬਣੇ pqr·7, pq ਬਾਹਰ ਲੈ ਲਿਆ, ਹੁਣ ਦੇਖੋ ਇਹ ਵੀ r·7 ਹੋ ਗਿਆ, ਇਹ ਵੀ r·7 ਹੋ ਗਿਆ। ਠੀਕ ਹੈ, ਜਿਵੇਂ ਇਹ ਨਾ ਕਰਦਾ ਤੇ ਫਿਰ ਇਹ ਬਣ ਜਾਣਾ ਸੀ 7·r, ਤੇ ਇਹ ਹੋਣਾ ਸੀ r·7, ਫਿਰ ਤੰਗੀ ਹੋਣੀ ਸੀਗੀ, ਹੈ ਨਾ। ਕਰ ਤੇ ਉੱਦਾਂ ਵੀ ਸਕਦੇ ਹਾਂ, ਬਾਅਦ ਚੋਂ ਕਰਕੇ ਵੀ ਕਰ ਸਕਦੇ ਹਾਂ, ਪਰ ਤੁਸੀਂ ਪਹਿਲਾਂ ਹੀ ਇੱਦਾਂ ਕਰ ਲਓ ਤੇ ਤੁਹਾਡਾ ਕੰਮ ਸੌਖਾ ਹੋ ਜਾਏਗਾ। 1 ਅਤੇ 2 ਨੂੰ ਜੋੜ ਲਿਆ ਸੀ, ਜਿਹੜੇ ਜੋੜਿਆ ਇਹਨਾਂ ਨੂੰ, ਤੇ ਸਾਨੂੰ ਇਹ ਬਣ ਗਿਆ, ਬਦਲਿਆ ਰੂਪ ਵਿਅੰਜਕ ਦਾ, ਤੇ ਬਣੇ 1 r·7 / pq r·7। ਹੁਣ r·7 ਜਿਹੜਾ ਹੈ ਇਹ ਦੋ ਪਦਾਂ ਦੇ ਵਿੱਚ ਸਾਂਝਾ ਗੁਣਨਖੰਡ ਹੋ ਗਿਆ। ਸੋ ਮੈਂ ਸਾਂਝੇ ਗੁਣਨਖੰਡ ਨੂੰ ਜਿਹੜੇ ਬਾਹਰ ਚੱਕਿਆ, ਬਾਹਰ ਲਿਆ, ਤੇ ਮੈਨੂੰ ਇੱਥੇ ਕੀ ਬਚਿਆ, 1, ਇਹ ਵਾਲਾ 1 ਬਚਿਆ, ਤੇ -pq। ਸੋ ਇਹ ਮੇਰਾ ਜਵਾਬ ਆ ਗਿਆ, ਇਹ ਜਿਹੜਾ ਵਿਅੰਜਕ ਦਿੱਤਾ ਹੋਇਆ ਹੈ
ਇਹ ਬਰਾਬਰ ਹੋ ਗਿਆ ਆਰ ਘਟਾ ਸੱਤ ਫਿਰ ਬ੍ਰੈਕਿਟ ਇੱਕ ਘਟਾ ਪੀ ਕਿਊ। ਸੋ ਇਹ ਇਸ ਤਰ੍ਹਾਂ ਬੱਚੇ ਬੱਚਿਓ ਪਿਆਰੇ ਬੱਚਿਓ ਇੱਦਾਂ ਸਵਾਲ ਕਰ ਰਹੇ ਨੇ ਅਭਿਆਸ ਨਾਲ ਆਉਣਗੇ, ਜਿਹੜੀ ਖਾਸ ਤੌਰ 'ਤੇ ਜਿਹੜਾ ਇਹ ਸਮੱਸਿਆ ਹੈਗੀ ਹੈ ਇਹ ਐਡਜਸਟ ਕਰਨਾ, ਥੋੜ੍ਹਾ ਅਰੇਂਜ ਕਰਨਾ, ਥੋੜ੍ਹਾ ਯੁਗਤੀ ਦੀ ਬਣਾਉਣੀ, ਇਹ ਤੁਸੀਂ 4-5 ਵਾਰ ਜਿਹੜੇ ਕਰੋਗੇ ਸਾਰੇ ਸਵਾਲ ਜਿਹੜੇ ਆਏ ਨੇ ਇਹਨਾਂ 'ਚ, ਅਤੇ ਤੁਹਾਡਾ ਅਭਿਆਸ ਇੱਕੋ ਨਾਮ, ਤੁਹਾਡਾ ਸਾਰਾ ਜਿਹੜਾ ਸੰਸਾ ਹੈ ਸ਼ੱਕ ਹੈਗਾ ਦੂਰ ਹੋ ਜਾਏਗਾ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।